ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਬੇਅੰਤ ਸਿੰਘ ਜੀ ਸੰਧੂ ਸਾਹਿਬ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਸ ਹਲਕੇ ਦੀ ਸੇਵਾ ਕਰ ਰਹੇ ਨੇ ਬਤੌਰ ਇੰਚਾਰਜ, ਅੱਜ ਉਹਨਾਂ ਦੇ ਗ੍ਰਹਿ ਵਿਖੇ ਕੌਮ ਦੇ ਮਹਾਨ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਹੁੰਚੇ ਨੇ ਤੇ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਇੱਥੇ ਸਰਦਾਰ ਉਪਕਾਰ ਸਿੰਘ ਸੰਧੂ, ਇਮਾਨ ਸਿੰਘ ਮਾਨ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਮੀਆਂਪੁਰ ਸਾਹਿਬ, ਚਾਨਣ ਸਿੰਘ ਜੀ ਬਚੜੇ ਸਾਹਿਬ, ਸਾਰੇ ਇੱਥੇ ਉਦੇ ਸਿੰਘ ਹੁਣੀ ਹਾਜ਼ਰ ਹੈ। ਅੱਜ ਮਾਨ ਸਾਹਿਬ ਦੇ ਇੱਥੇ ਲਿਆਂਦਾ ਜਾਣ ਦਾ ਕਾਰਨ ਹੈ, ਜਦੋਂ ਜਦੋਂ ਸਮੇਂ ਸਮੇਂ ਲੋੜ ਪੈਂਦੀ ਹੈ ਸਰਦਾਰ ਮਾਨ ਪਹੁੰਚਦੇ ਆ, ਭਾਵੇਂ ਉਹ ਵਰਲਡ ਦੇ ਵਿੱਚ ਕਿਤੇ ਵੀ ਕੋਈ ਆਫਤ ਆਉਂਦੀ ਹੈ ਤੇ ਉਹਨਾਂ ਨੂੰ ਬੋਲਣਾ ਪੈਂਦਾ, ਉਹ ਬੋਲਦੇ। ਪਰ ਅੱਜ ਮਾਝੇ ਵਾਲਿਆਂ ਨੂੰ ਲੋੜ ਪਈ ਹੈ ਕਿ ਮਾਝਾ ਬਿਹਾਰ ਦਾ ਰੂਪ ਧਾਰਨ ਕਰਦਾ ਜਾਂਦਾ, ਨਿਤ ਦਿਨ ਇੱਥੇ ਚੈਨੀਆਂ ਲੱਥਦੀਆਂ, ਵਾਲੀਆਂ ਲੱਥਦੀਆਂ, ਕੋਈ ਵੀ ਬੰਦਾ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ। ਔਰ ਕੱਲ ਹੀ ਦੋ ਤਿੰਨ ਦਿਨ ਦੇ ਵਿੱਚ ਘਰਿਆਲੇ ਦੇ ਵਿੱਚ ਦੋ ਨਵੀਆਂ ਵਾਰਦਾਤਾਂ, ਗੋਲੀਆਂ ਮਾਰ ਕੇ ਨਿਤ ਦਿਨ ਕਿਸੇ ਨੂੰ ਵੱਢ ਫੱਟ, ਇਹ ਸਾਰਾ ਕੁਛ ਸਾਡੀ ਲੋੜ ਬਣ ਗਈ ਹੈ, ਸਾਡੇ ਲੋਕਾਂ ਦੀ ਲੋੜ ਬਣ ਗਈ ਹੈ। ਉਹਨਾਂ ਨੇ ਸਾਨੂੰ ਫੋਨ ਕਰ ਕਰਕੇ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਥੇ ਬੁਲਾਓ ਤੇ ਅਸੀਂ ਆਪਣਾ ਦੁੱਖ ਦੱਸੀਏ। ਅੱਜ ਤਿੰਨ ਦਿਨ ਤੋਂ ਸਰਦਾਰ ਮਾਨ ਸਾਹਿਬ ਇੱਥੇ ਮਾਝੇ ਦੇ ਵਿੱਚ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਨੇ ਔਰ ਜਿਹੜੇ ਵਿਗੜੇ ਸਾਰੇ ਜੋ ਹਾਲਾਤ ਬਣੇ ਆ ਉਹਨਾਂ ਦਾ ਜਾਇਜ਼ਾ ਲਿਆ ਹੈ। ਔਰ ਹੁਣ ਇਸ ਤੋਂ ਬਾਅਦ ਪਾਰਲੇ ਆਪਣਾ ਸੋਰੀ ਸੁਭਰਾਵੀਂ ਵੀ ਜਾਣਾ ਹੈ, ਉੱਥੇ ਵੀ ਵੱਡੀ ਗਿਣਤੀ ਚ ਲੋਕ ਜਿਹੜੇ ਇੰਤਜ਼ਾਰ ਕਰ ਰਹੇ ਨੇ ਸਰਦਾਰ ਮਾਨ। ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਵੇਸਲੀਆਂ ਸਰਕਾਰਾਂ ਜਿਨ੍ਹਾਂ ਨੇ ਆਪਣਾ ਕੋਈ ਵੀ ਫਰਜ਼ ਨਹੀਂ ਅਦਾ ਕੀਤਾ, 15 ਸਤੰਬਰ ਐਤਵਾਰ ਜਮਹੂਰੀਅਤ ਡੇ ਜਿਹੜਾ ਮਨਾਇਆ ਜਾ ਰਿਹਾ ਪੂਰੇ ਵਰਲਡ ਦੇ ਵਿੱਚ, ਔਰ ਅਸੀਂ 5 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉੱਥੇ ਜਮਹੂਰੀਅਤ ਬਹਾਲ ਕਰਾਉਣ ਵਾਸਤੇ ਧਰਨਾ ਮੁਜ਼ਾਹਰਾ ਕਰਦੇ ਹਾਂ, ਪਰ ਸਾਡੀ ਅੱਜ ਤੱਕ ਸੁਣੀ ਨਹੀਂ। ਜਦ ਵੱਡਾ ਪ੍ਰੋਟੈਸਟ ਪਿਛਲੀ ਵਾਰ ਕੀਤਾ ਸਾਰਾਗੜੀ ਸਰਾਂ ਦੇ ਅੱਗੇ, ਤਾਂ ਕਰਕੇ ਗੂੰਗੀ ਬੋਲੀ ਸਰਕਾਰ ਦੇ ਕੰਨਾਂ 'ਚ ਆਵਾਜ਼ ਪਈ ਹੈ ਤੇ ਉਹਨਾਂ ਨੇ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ। ਸੋ ਅੱਜ ਵੀ ਆਸ ਨਹੀਂ ਹੈ ਕਿ ਇਲੈਕਸ਼ਨ ਕਦੋਂ ਕਰਾਉਣੀ ਹੈ। ਸੋ ਮੈਂ ਸਮਝਦਾ ਕਿ ਜੇ ਸਾਡੀਆਂ ਹਮ ਖਿਆਲੀ ਜਥੇਬੰਦੀਆਂ ਜਾਂ ਗੁਰੂ ਨਾਨਕ ਲੇਵਾ ਸੰਗਤ ਸਾਥ ਦੇਵੇ ਸਰਦਾਰ ਮਾਨ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਕੀ ਨਹੀਂ ਹੋ ਸਕਦਾ। ਪਰ ਅਸੀਂ ਆਪ ਖੁਦ ਵੇਸਲੇ ਹੋ ਗਏ ਹਾਂ, ਜਿੰਨਾ ਨੁਕਸਾਨ ਹੋ ਰਿਹਾ ਅਸੀਂ ਆਪ ਕਰਵਾ ਰਹੇ ਹਾਂ। ਹੁਣ ਮੈਂ ਚਾਹੁੰਦਾ ਕਿ 15 ਸਤੰਬਰ ਨੂੰ ਵੀ ਜੇ ਕੋਈ ਆਪਣਾ ਫਰਜ਼ ਸਮਝ ਕੇ ਅੰਮ੍ਰਿਤਸਰ ਦੀ ਧਰਤੀ ਤੇ ਸਾਰਾਗੜੀ ਸਰਾਂ ਦੇ ਲਾਗੇ 10 ਵਜੇ ਆਪਣਾ ਫਰਜ਼ ਸਮਝ ਕੇ ਨਹੀਂ ਪਹੁੰਚਦਾ ਕਿ ਕੋਈ ਵੀ ਇਲੈਕਸ਼ਨ 5 ਸਾਲ ਤੋਂ ਲੇਟ ਨਹੀਂ ਹੁੰਦੀ, ਭਾਵੇਂ ਉਹ ਕੋਈ MLA ਦੇ, ਸਰਪੰਚੀ ਦੇ, MP ਦੇ ਹੋਣ। ਤੇ ਸਿੱਖਾਂ ਦੀ ਤਾਂ ਜਮਹੂਰੀਅਤ 14 ਸਾਲ ਤੋਂ ਭੰਗ ਕੀਤੀ ਹੈ, ਜਿਹੜੀਆਂ 6 ਚ ਇਲੈਕਸ਼ਨਾਂ ਹੋਈਆਂ, ਉਸ ਤੋਂ ਬਾਅਦ 11 ਚ ਹੋਣੀਆਂ ਸੀ ਤੇ ਉਹ ਨਹੀਂ ਹੋਈਆਂ। ਤੇ ਇਹ ਮੈਂ ਸਮਝਦਾ ਕਿ ਸਾਰਾ ਕੁਛ ਜੇ ਸੈਂਟਰ ਦੇ ਹੱਥ ਚ ਹੈ ਤੇ ਜਿਹੜਾ ਧਾਰਾ 87 ਦੇ ਅਧੀਨ ਲੋਕਲ ਕਮੇਟੀਆਂ ਹੈ ਉਹ ਤਾਂ ਇਹ ਸਰਕਾਰ ਕਰਾ ਸਕਦੀ ਹੈ, ਸਾਡੀ ਪੰਜਾਬ ਸਰਕਾਰ, ਤੇ ਉਹ ਵੀ ਨਹੀਂ ਕਰਵਾ ਰਹੀ। ਸਾਡੀ ਜਮਹੂਰੀਅਤ ਬਹਾਲ ਕਰਾਉਣ ਵਾਸਤੇ ਜਿਹੜਾ ਸਰਦਾਰ ਮਾਨ ਨੇ ਅੱਜ ਦੌਰਾ ਰੱਖਿਆ ਹੈ ਉਹਦੇ ਵਿੱਚ ਇਹ ਵੀ ਗੱਲ ਕਰਨੀ ਹੈ ਤੇ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਦੀ ਗੱਲ ਵੀ ਕਰਨੀ ਹੈ ਤੇ ਜਿਹੜੀਆਂ ਲਾਪਰਵਾਹੀਆਂ ਇੱਥੇ ਉਹ ਵੀ ਲੋਕੀ ਅੱਜ ਸਰਦਾਰ ਮਾਨ ਨੂੰ ਆਪਣਾ ਦੁੱਖ ਦੱਸ ਰਹੇ, ਇਸ ਕਰਕੇ ਉਹਨਾਂ ਨੇ ਦੌਰਾ ਰੱਖਿਆ ਤੇ ਜਾਂਦੇ ਜਾਂਦੇ ਉਹਨਾਂ ਦੇ ਹਲਕੇ ਇੰਚਾਰਜ ਸਰਦਾਰ ਬੇਅੰਤ ਸਿੰਘ ਸੰਧੂ ਦੇ ਘਰ ਅੱਜ ਉਹ ਚਾਹ ਪੀਣ ਵਾਸਤੇ ਰੁਕੇ ਆ ਤੇ ਤੁਸੀਂ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਤੇ ਸੰਧੂ ਸਾਹਿਬ ਨਾਲ ਗੱਲ ਕਰੋ। ਤੁਸੀਂ ਆਪਣਾ ਦੱਸੋ ਵੀ ਅੱਜ ਪੱਟੀ ਪਹੁੰਚਣ ਦਾ ਮੇਨ ਮੰਤਵ ਕੀ, ਮੁੱਖ ਮੰਤਵ ਕੀ ਆਪਣਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਸਾਬਕਾ MP ਹਾਂ, ਪਹਿਲਾਂ ਤੁਹਾਡਾ MP ਹੋਇਆ ਕਰਦਾ ਸੀਗਾ ਪਰ ਹੁਣ ਨਹੀਂ ਹੈ। ਮੈਂ ਇੱਥੇ ਮੁੱਖ ਜਿਹੜੀਆਂ ਚੀਜ਼ਾਂ ਹੈਗੀਆਂ
ਕਿ ਇਹ ਸਿੱਖ ਪੰਥ ਦੇ ਲਈ ਬਹੁਤ ਵੱਡਾ ਇਤਿਹਾਸਕ ਪੱਟੀ ਦਾ ਇਲਾਕਾ ਹੈਗਾ, ਕਿਉਂ ਕਰਕੇ ਜਿੰਨੀਆਂ ਵੀ ਮਿਸਲਾਂ ਸਿੱਖਾਂ ਦੀਆਂ ਉੱਭਰੀਆਂ ਉਹ ਇਸ ਇਲਾਕੇ ਦੇ ਵਿੱਚੋਂ ਉੱਭਰੀਆਂ। ਸੋ ਸਾਡੀ ਪਾਰਟੀ ਦੇ ਲਈ ਤੇ ਪੰਥ ਦੇ ਲਈ ਇਹ ਇਲਾਕਾ ਬਹੁਤ ਖਾਸੀਅਤ ਰੱਖਦਾ ਹੈਗਾ, ਤੇ ਇੱਥੋਂ ਦੀਆਂ ਦੁੱਖ ਤਕਲੀਫਾਂ ਇੰਨੀਆਂ ਹੋ ਗਈਆਂ ਕਿ ਮੈਂ ਤਾਂ ਹੈਰਾਨ ਹੈ ਕਿ ਇੱਥੇ ਨਸ਼ੇ ਇੰਨੇ ਹੋ ਗਏ ਹੈ ਕਿ ਸਾਡੇ ਨੌਜਵਾਨ ਬੱਚੇ ਮਰ ਰਹੇ ਹੈ। ਹਸਪਤਾਲ ਹੈਗੇ ਹੈ ਪਰ ਡਾਕਟਰ ਇੱਥੇ ਹੈ ਨਹੀਂ ਗੇ ਇਲਾਜ ਨੂੰ। ਫਿਰ ਜਿਹੜੇ ਸਾਡੇ ਵਪਾਰੀ ਹੈ ਉਹਨਾਂ ਨੂੰ ਬਹੁਤ ਭਾਰੀ ਦੁੱਖ ਹੈ, ਕਿਉਂ ਕਰਕੇ ਫਰੌਤੀਆਂ ਬਹੁਤ ਮੰਗੀਆਂ ਜਾ ਰਹੀਆਂ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਇਹ ਜਿਹੜੀ ਰੇਲਵੇ ਲਾਈਨ ਨਿਕਲੀ ਸੀ ਫਿਰੋਜ਼ਪੁਰ ਤੋਂ ਪੱਟੀ ਤੱਕ ਅਤੇ ਪੱਟੀ ਤੋਂ ਅੱਗੇ ਅੰਮ੍ਰਿਤਸਰ ਸਾਹਿਬ ਵੱਲ, ਇਹ ਕਦੋਂ ਦੀ ਤੈਅ ਹੋਈ ਹੋਈ ਹੈ। ਪਰ ਜਿੱਥੋਂ ਮੈਨੂੰ ਰੇਲਵੇ ਵਜ਼ਾਰਤ ਤੋਂ ਪਤਾ ਲੱਗਿਆ ਕਿ ਇਹ ਪੰਜਾਬ ਸਰਕਾਰ ਨੇ ਲੀਹ ਦੇ ਲਈ ਜ਼ਮੀਨ ਦੇਣੀ ਹੈ ਅਤੇ ਪੰਜਾਬ ਸਰਕਾਰ ਅਜੇ ਤੱਕ ਜ਼ਮੀਨ ਹੀ ਨਹੀਂ ਦੇ ਰਹੀ। ਅਤੇ ਇੱਥੇ ਫਿਰ ਜੇ ਤਰੱਕੀ ਹੋਣੀ ਹੈ, ਜੇ ਆਵਾਜਾਈ ਦੇ ਸਾਧਨ ਨਹੀਂ ਹੋਣਗੇ, ਫਿਰ ਇਹ ਕਿਵੇਂ ਹੋ ਸਕਦੀ ਹੈ। ਫਿਰ ਸਾਡੀ ਮੰਗ ਹੈ ਕਿ ਇਸ ਇਲਾਕੇ ਦੇ ਵਿੱਚੋਂ ਵਾਹਗੇ ਤੋਂ ਪਾਕਿਸਤਾਨ ਦੇ ਨਾਲ ਬਾਰਡਰ ਖੋਲ੍ਹਿਆ ਜਾਵੇ, ਜਿਹੜਾ ਲਹਿੰਦੇ ਵੱਲ ਦੇ ਮੁਲਕ ਹੈਗੇ ਹੈ, ਇਰਾਕ, ਇਰਾਨ, ਸੀਰੀਆ, ਗਲਫ, ਸੈਂਟਰਲ ਏਸ਼ੀਆ, ਉਹਦੇ ਨਾਲ ਸਾਡਾ ਵਪਾਰ ਸ਼ੁਰੂ ਹੋਵੇ। ਜਦੋਂ ਇਹ ਇਲਾਕਾ ਖੁੱਲ੍ਹ ਗਿਆ ਤਾਂ ਮੈਂ ਸਮਝਦਾ ਕਿ ਇੱਥੇ ਤਾਂ ਬਹੁਤ ਜ਼ਿਆਦਾ ਇਹ ਲੋਕਾਂ ਦੇ ਵਿੱਚ ਭਾਰੀ ਤੌਰ ਦੇ ਉੱਤੇ ਚੰਗਾ ਹੋਊਗਾ, ਉੱਨਤੀ ਹੋਊਗੀ। ਜਿਹੜੇ ਸਾਡੇ ਲਾਲੇ ਬਾਣੀਏ ਹੈ ਉਹ ਵੀ ਖੱਟਣਗੇ, ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨ ਹੈ ਉਹ ਵੀ ਕਿਸੇ ਧੰਦੇ ਦੇ ਉੱਤੇ ਲੱਗਣਗੇ, ਕਿਉਂ ਕਰਕੇ ਇੱਕ ਪੇਸ਼ਾ ਸਾਡਾ ਡਰਾਈਵਰੀ ਵੀ ਹੈ, ਟਰਾਂਸਪੋਰਟ ਵੀ ਹੈ। ਤਾਂ ਇਹ ਸਾਰੇ ਜਿਹੜੇ ਦੁੱਖ ਹੈ ਇਹ ਤਕਲੀਫਾਂ ਦੂਰ ਹੋ ਸਕਦੀਆਂ ਹੈਗੀਆਂ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਗਵਰਨਮੈਂਟ ਦਾ ਇਧਰਲੇ ਪਾਸੇ ਧਿਆਨ ਨਹੀਂ ਪਿਆ ਅਤੇ ਇੱਥੇ ਡੱਕਾ ਨਹੀਂ ਕਿਸੇ ਨੇ ਕੁਛ ਕੀਤਾ। ਅਤੇ ਜਿਹੜੀਆਂ ਚੀਜ਼ਾਂ ਮਨਜ਼ੂਰ ਸੈਂਟਰ ਨੇ ਕੀਤੀਆਂ ਉਹ ਵੀ ਅਜੇ ਤੱਕ ਪੰਜਾਬ ਦੀ ਸਰਕਾਰ ਜ਼ਮੀਨ ਦਵਾ ਸਕੀ। ਜੇ ਜ਼ਿਮੀਦਾਰ ਜ਼ਿਆਦਾ ਪੈਸਾ ਮੰਗਦੇ ਹੈ ਤਾਂ ਫਿਰ ਉਹਨਾਂ ਨੂੰ ਦਿੱਤਾ ਜਾਵੇ ਅਤੇ ਇਹ ਜ਼ਮੀਨ ਸਰਕਾਰੀ ਲਿੱਤੀ ਜਾਵੇ ਅਤੇ ਜਿਹੜੀਆਂ ਲੀਹਾਂ ਹੈ ਉਹਨਾਂ ਨੂੰ ਵਛਾਇਆ ਜਾਏ। ਜਿਹੜਾ ਇਹ ਫਿਰੋਜ਼ਪੁਰ ਰਾਜਸਥਾਨ ਤੋਂ ਮਾਲਵੇ ਤੋਂ ਜਿਹੜੀ ਰੇਲ ਗੱਡੀ ਚੱਲਣੀ ਹੈ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਤਾਂ ਪਹੁੰਚੇ। ਸੋ ਇਹ ਜਿਹੜੀਆਂ ਸਾਰੀਆਂ ਤਕਲੀਫਾਂ ਹੈਗੀਆਂ ਤੁਹਾਡੇ ਉੱਤੇ ਬਿਆਨ ਕੀਤੇ ਹੈ ਅਤੇ ਇਹ ਤਾਂ ਫਿਰ ਅਸੀਂ ਕੋਈ ਨਾ ਕੋਈ ਕਰਦੇ ਹਾਂ। ਤੋਂ ਕਰਕੇ 15 ਤਰੀਕ ਨੂੰ ਆਉਣ ਵਾਲੀ ਨੂੰ ਜਿਵੇਂ ਗਲੇਰ ਸਾਹਿਬ ਨੇ ਦੱਸਿਆ ਕਿ ਬਹੁਤ ਵੱਡਾ ਇਜਲਾਸ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰ ਰਹੇ ਹੈਗੇ ਹਾਂ। ਜਿਹੜੀ ਇਹ ਇੱਕ ਗੁਰਦੁਆਰਾ ਸਾਹਿਬ ਹੈਗਾ ਇਹ ਸਾਰਾ ਗੜੀ ਦਾ ਉਹਦੇ ਅੱਗੇ ਹੈਗਾ ਅਤੇ ਉੱਥੇ ਸਾਰੇ ਜੇ ਪਹੁੰਚਣ ਦੀ ਤਕਲੀਫ ਕਰਨਗੇ
ਤਾਂ ਮੇਰਾ ਮਤਲਬ ਹੈ ਕਿ ਉੱਥੇ ਫਾਇਦਾ ਬਹੁਤ ਹੋਊਗਾ, ਕਿਉਂ ਕਰਕੇ ਸਾਡੇ ਐਸਟੀਪੀਸੀ ਦੇ ਇਲੈਕਸ਼ਨ ਵੀ 14 ਸਾਲ ਤੋਂ ਸੈਂਟਰ ਦੀ ਸਰਕਾਰ ਨਹੀਂ ਕਰ ਸਕਦੀ ਕਰ ਰਹੀ, ਅਤੇ ਜਿਹੜੇ ਧਾਰਾ 87 ਦੇ ਗੁਰਦੁਆਰੇ ਹੈ ਉਹਨਾਂ ਦੇ ਇਲੈਕਸ਼ਨ ਤਾਂ ਪੰਜਾਬ ਸਰਕਾਰ ਕਰ ਸਕਦੀ ਹੈ, ਪੰਜਾਬ ਸਰਕਾਰ ਵੀ ਇਹ ਨਹੀਂ ਕਰ ਰਹੀ। ਸੋ ਸਿੱਖਾਂ ਪ੍ਰਤੀ ਕੋਈ ਪੋਲਿਸੀ ਜ਼ਰੂਰ ਹੈਗੀ ਹੈ ਜਿਹੜਾ ਕਿ ਇਹਨਾਂ ਨੂੰ ਇੱਕ ਵਾਰੀ ਤਬਾਹ ਕੀਤਾ ਜਾਵੇ ਅਤੇ ਖਤਮ ਕੀਤਾ ਜਾਵੇ, ਜਿਵੇਂ ਸ਼ੰਕਰਾਚਾਰੀਆ ਨੇ ਬੁੱਧ ਧਰਮ ਅਤੇ ਜੈਨ ਧਰਮ ਨੂੰ, ਜੈਨ ਧਰਮ ਤਾਂ ਬਚ ਗਿਆ ਸੀ, ਬੁੱਧ ਧਰਮ ਨੂੰ ਤਾਂ ਬਿਲਕੁਲ ਖਤਮ ਕਰਤਾ, ਅਤੇ 1947 ਦੇ ਵਿੱਚ ਮੁਸਲਮਾਨਾਂ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਭੇਜਤਾ, ਅਤੇ ਘੱਟ ਗਿਣਤੀ ਸਿਰਫ ਸਿੱਖਾਂ ਦੀ ਰਹਿ ਗਈ ਹੈ। ਅਤੇ ਹੁਣ ਸਾਡੇ ਉੱਤੇ ਹੱਕ ਹੈ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਵੀ ਖਤਮ ਕਰੀਏ ਅਤੇ ਹਿੰਦੂ ਰਾਸ਼ਟਰ ਲਗਾਈਏ। ਸੋ ਸਾਡੀ ਕੋਸ਼ਿਸ਼ ਹੈ ਪਾਰਟੀ ਦੀ ਕਿ ਸਾਰੇ ਆਪਾਂ ਇਕੱਠੇ ਹੋ ਕੇ ਇਹ ਚੀਜ਼ਾਂ ਵੱਲ ਧਿਆਨ ਦੇਈਏ ਅਤੇ ਇਹ ਇਸ ਇਲਾਕੇ ਨੂੰ ਉਠਾਈਏ, ਜਿਹੜਾ ਕਿ ਇਤਿਹਾਸਕ ਤੌਰ 'ਤੇ, ਮਜ਼ਹਬ ਦੇ ਤੌਰ ਦੇ ਉੱਤੇ ਸਾਡੇ ਸਿੱਖ ਕੌਮ ਦੇ ਲਈ ਬਹੁਤ ਜ਼ਰੂਰੀ ਹੈ। ਸੋ ਅਸੀਂ ਇਹ ਚੀਜ਼ਾਂ ਚਾਹੁੰਦੇ ਹਾਂ ਕਿ ਇਲੈਕਸ਼ਨ ਇੱਕਦਮ ਤੁਰੰਤ ਕਰਾਏਗਾ 87 ਦੇ ਵੀ ਅਤੇ ਐਸਟੀਪੀਸੀ ਦੇ, ਇਹ ਕਿਉਂ ਸਾਡੀ ਜਮਹੂਰੀਅਤ ਨੂੰ ਖਤਮ ਕੀਤਾ ਗਿਆ। ਅਤੇ ਅਗਲੀ ਚੀਜ਼ ਹੈ ਕਿ ਜਿਹੜੀ ਮੋਦੀ ਸਰਕਾਰ ਹੈ ਇਹਦੀ ਨਵੀਂ ਪੋਲਿਸੀ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ, ਬੇਸ਼ੱਕ ਉਹ ਕੈਨੇਡਾ ਦੇ ਵਿੱਚ ਹੋਣ, ਅਮਰੀਕਾ ਦੇ ਵਿੱਚ ਹੋਣ, ਬਰਤਾਨੀਆ ਦੇ ਵਿੱਚ ਹੋਣ, ਪਾਕਿਸਤਾਨ ਦੇ ਵਿੱਚ ਹੋਣ, ਕੈਨੇਡਾ ਦੇ ਵਿੱਚ ਹੋਣ, ਇੱਥੇ ਹਰਿਆਣੇ ਪੰਜਾਬ ਦੇ ਵਿੱਚ ਹੋਣ, ਉਹਨਾਂ ਨੂੰ ਗੋਲੀ ਮਾਰ ਕੇ ਜਾਂ ਜ਼ਹਿਰ ਦੇ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ। ਅਤੇ ਇਹ ਜਿਹੜੀ ਪੋਲਿਸੀ ਹੈ ਇਹ ਸਿੱਧ ਹੋ ਚੁੱਕੀ ਹੈ, ਜਿਹਦੇ ਨਾਲ ਅਮਰੀਕਾ ਨੇ ਵੀ ਇਹਨਾਂ ਨੂੰ ਜਿਹੜੇ ਹਵਾਈ ਜਹਾਜ਼ ਦੇ ਜੈੱਟ ਇੰਜਣ ਦੇਣੇ ਸੀਗੇ, ਰਾਜਨਾਥ ਸਿੰਘ ਜੀ ਸਾਡੇ ਡਿਫੈਂਸ ਮਿਨਿਸਟਰ ਗਏ ਸੀਗੇ ਇਹ ਲੈਣ, ਪਰ ਉਹਨਾਂ ਨੂੰ ਅਮਰੀਕਾ ਨੇ ਦਿੱਤਾ ਨਹੀਂ ਕਿ ਪਹਿਲਾਂ ਸਾਡਾ ਮਸਲਾ ਹੱਲ ਕਰੋ ਕਿ ਤੁਸੀਂ ਅੱਖ ਕਿਵੇਂ ਸਾਡੀ ਜਿਹੜੀ ਸੋਵਰੈਨਿਟੀ ਹੈ, ਬਾਦਸ਼ਾਹੀ ਹੈ, ਉਸ ਨੂੰ ਕਿਵੇਂ ਤੁਸੀਂ ਭੰਗ ਕਰਨ ਦੀਆਂ ਲਾਈਨਾਂ ਬਣਾ ਲਈਆਂ, ਕਿਵੇਂ ਪੰਨੂ ਤੁਸੀਂ ਇਹ ਕਤਲ ਕਰਨਾ ਸੀਗਾ, 3 ਸਿੱਖ ਕੈਨੇਡਾ ਦੇ ਵਿੱਚ ਕਤਲ ਕਰ ਦਿੱਤੇ, ਆਪਣੇ ਨਿੱਜਰ ਸਾਹਿਬ, ਫਿਰ ਮਲਕ ਸਾਹਿਬ ਅਤੇ ਸੁਖਦੂਪ ਸਿੰਘ, ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਠੰਡੇ ਨੂੰ ਕਰਤਾ, ਫਿਰ ਇੱਥੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾਲ ਨੂੰ ਕਰਤਾ, ਰੋਡੇ ਨੂੰ ਕਰਤਾ, ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ, ਅਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਰਤਾ। ਇਹ ਸਾਰੇ ਜਿੰਨੇ ਵੀ ਜਮਹੂਰੀਅਤ ਪਸੰਦ ਮੁਲਕ ਹੈ ਇਹ ਇੰਡੀਆ ਨੂੰ ਪੁੱਛ ਰਹੇ ਆ ਮੋਦੀ ਸਰਕਾਰ ਨੂੰ ਕਿ ਇਹ ਸਮਝਾਓ ਕਿ ਸਾਡੀ ਜਿਹੜੀ ਬਾਦਸ਼ਾਹੀ ਹੈ ਉਸ ਨੂੰ ਕਿਵੇਂ ਭੰਗ ਕੀਤਾ, ਤੁਸੀਂ ਤੁਹਾਡੀ ਜ਼ਰੂਰਤ ਕਿਵੇਂ ਪੈ ਗਈ ਸਾਡੀ ਬਾਦਸ਼ਾਹੀ ਦੇ ਵਿੱਚ ਆ ਕੇ ਸਾਡੇ ਸ਼ਹਿਰੀਆਂ ਨੂੰ, ਸਿਟੀਜ਼ਨਸ ਨੂੰ ਤੁਸੀਂ ਕਿਵੇਂ ਮਰਵਾ ਸਕਦੇ ਹੋ। ਮਿਸਾਲ ਦੇ ਤੌਰ 'ਤੇ ਮੈਂ ਦੱਸਦਾ, ਹੁਣ ਇੱਥੇ ਸ਼ਰਨ ਦਿੱਤੀ ਹੋਈ ਹੈ ਦਲਾਈ ਲਾਮਾ ਸਾਹਿਬ ਨੂੰ ਅਤੇ ਜਿਹੜੇ ਬੇਗਮ ਸਾਹਿਬ ਆਏ ਆ ਬੰਗਲਾਦੇਸ਼ ਦੇ, ਅਤੇ ਜੇ ਇਹਨਾਂ ਦੇ ਉੱਤੇ ਕੋਈ ਵਾਰ ਕਰ ਦਿੰਦਾ ਇਹ ਹਿੰਦੁਸਤਾਨ ਦੀ ਤਾਂ ਬਹੁਤ ਭਾਰੀ ਬੇਇੱਜ਼ਤੀ ਹੋਊਗੀ ਕਿ ਇਹ ਤਾਂ ਕਿਸੇ ਦੀ ਰੱਖੇ ਨਹੀਂ ਕਰ ਸਕਦੇ। ਅਤੇ ਫਿਰ ਇਹਦਾ ਮਤਲਬ ਹੈ ਕਿ ਪਾਕਿਸਤਾਨ ਅਤੇ ਬਰਤਾਨੀਆ, ਕੈਨੇਡਾ ਅਤੇ ਅਮੈਰੀਕਾ ਕਿਵੇਂ ਸੋਚਦੇ ਹੋਣਗੇ ਕਿ ਇਹਨਾਂ ਦੀ ਜ਼ਰੂਰਤ ਕਿਵੇਂ ਪੈ ਗਈ ਇਹ ਸਾਡੇ ਸ਼ਹਿਰੀਅਤ ਦੇ ਉੱਤੇ
ਮੂਵੀ ਚਲਾਉਣ ਦੀ ਜਾਂ ਜ਼ਹਿਰ ਦੇਣ ਦੀ ਇਹ ਕਿਵੇਂ ਹੋਈ ਹੈ। ਸੋ ਇਹ ਮਸਲੇ ਬਹੁਤ ਇੰਟਰਨੈਸ਼ਨਲ ਪੱਧਰ ਤੇ ਸਿੱਖਾਂ ਨੇ ਪਹੁੰਚ ਗਏ ਹੈ ਤੇ ਇਹਨਾਂ ਨੂੰ ਅਸੀਂ ਇਹ ਪੂਰੀ ਤਰ੍ਹਾਂ ਇਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ, ਲੋਕਾਂ ਨੂੰ ਦੱਸ ਰਹੇ ਹਾਂ ਤੇ 15 ਤਰੀਕ ਨੂੰ ਵੀ ਅਸੀਂ ਗੱਲਾਂ ਇਹੀ ਕਰਨੀ ਹੈ ਕਿ ਸਿੱਖਾਂ ਦੇ ਉੱਤੇ ਤਬਾਹੀ ਦਾ ਦੌਰ ਕਿਉਂ ਲੈ ਕੇ ਆਉਂਦਾ। ਇੱਥੇ ਕੋਈ ਡਿਵੈਲਪਮੈਂਟ ਨਹੀਂ ਹੈ, ਕੋਈ ਇੰਡਸਟਰੀ ਨਹੀਂ ਹੈ। ਸ਼ੇਰੋਂ ਦੇ ਵਿੱਚ ਸ਼ੂਗਰ ਮਿਲ ਹੁੰਦੀ ਸੀ, ਉਹ ਵੀ ਪੱਟ ਕੇ ਲੈ ਗਏ ਹੋ, ਤਾਂ ਫਿਰ ਅਸੀਂ ਜਾਵਾਂਗੇ ਕਿੱਥੇ? ਜੇ ਕੋਈ ਚੀਜ਼ ਹੀ ਇੱਥੇ ਹੈ ਨਹੀਂ ਗੀ, ਨਾ ਤੁਸੀਂ ਬਾਰਡਰ ਖੋਲਦੇ ਹੋ, ਨਾ ਤੁਸੀਂ ਦੂਜੀਆਂ ਚੀਜ਼ਾਂ ਕਰਦੇ ਹੋ, ਤੇ ਸਾਡੇ ਉੱਤੇ ਸਖ਼ਤ ਤੁਸੀਂ ਜ਼ੁਲਮ ਢਾਇਆ ਹੋਇਆ, ਇਹ ਅਸੀਂ ਬਰਦਾਸ਼ਤ ਨਹੀਂ ਕਰਨਾ ਹੈ। ਚਮਾਨ ਸਾਹਿਬ, ਜਿਸ ਤਰ੍ਹਾਂ SGPC ਦੀਆਂ ਵੋਟਾਂ ਬਣਾਈਆਂ ਜਾ ਰਹੀਆਂ, ਹੋ ਸਕਦਾ ਸਰਕਾਰ ਵੱਲੋਂ ਚੋਣਾਂ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਵਾ ਉਹ ਦੋ ਫਾੜ ਹੋ ਚੁੱਕਾ, ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ? ਸਾਡੀਆਂ ਪਿੰਡ ਪਿੰਡ ਹੋ ਰਹੀਆਂ ਜੀ, ਅਸੀਂ ਪੂਰੇ ਇਹ ਤਿਆਰੀ ਨਾਲ ਇਲੈਕਸ਼ਨ ਦੇ ਲਈ ਤਿਆਰ ਹੋਏ ਹੋਏ ਹਾਂ ਤੇ ਹੋਰ ਵੀ ਤਿਆਰੀ ਕਰ ਰਹੇ ਹਾਂ ਤੇ 15 ਤਰੀਕ ਨੂੰ ਵੀ ਸਾਰੇ ਮੁਲਕ ਸਾਰੀ ਦੁਨੀਆਂ ਨੂੰ ਦੱਸਣਾ ਹੈ ਕਿ ਸਾਡੀ ਜਮਹੂਰੀਅਤ ਭੰਗ ਕਰਕੇ ਰੱਖ ਤੇ ਲਿਆ ਹਿੰਦੁਤਵਵਾਦੀ ਸਰਕਾਰ ਨੇ, ਮੋਦੀ ਨੇ, ਤੇ ਪਹਿਲਾਂ ਕਾਂਗਰਸ ਨੇ ਤੇ ਆਮ ਪਾਰਟੀ ਜਿਹੜਾ 87 ਦੇ ਇਲੈਕਸ਼ਨ ਕਰਾ ਸਕਦੀ ਹੈ ਗੁਰਦੁਆਰਿਆਂ ਦੇ, ਉਹ ਨਹੀਂ ਕਰਾਉਂਦੀ। ਸੋ ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਜਿਸ ਤਰ੍ਹਾਂ ਅੰਕਲ ਹਾਲਾਤ ਬਣੇ ਹੋਏ ਆ, ਫਰੌਤੀਆਂ ਦੇ ਫੋਨ ਹਰ ਇੱਕ ਨੂੰ ਆ ਰਹੇ ਆ, ਲੁੱਟ ਖੋ ਹੋ ਰਹੀ ਹੈ, ਇਹਦੇ ਬਾਰੇ ਤੁਸੀਂ ਮਾਨ ਸਰਕਾਰ ਬਾਰੇ ਕੀ ਗੱਲ ਕਰਨਾ ਚਾਹੋ? ਇਹ ਤਾਂ ਨਵੀਂ ਗੱਲ ਹੈਗੀ, ਮੈਂ ਹੁਣ MP ਹੁਣੇ ਜਿੱਥੇ ਆਏ ਨੇ ਸੰਗਰੂਰ ਦਾ, ਜਿੰਨਾ ਚਿਰ ਸੰਗਰੂਰ MP ਸੀਗਾ, ਕੋਈ ਫਰੌਤੀ ਕੋਈ ਇਹੋ ਜਿਹੀ ਚੀਜ਼ ਕੋਈ ਮਰਿਆ ਨਹੀਂ, ਕੋਈ ਡਰੱਗਸ ਦੇ ਨਾਲ ਨਹੀਂ ਮਰਿਆ, ਪੂਰਾ ਖਿਆਲ ਰੱਖਿਆ, ਇਹ ਚੌਕਸੀ ਰੱਖੀ ਹੈ, ਜਿਹੜਾ ਇਹ ਆਪਣੀ ਐਡਮਿਨਿਸਟ੍ਰੇਸ਼ਨ ਹੈ ਉਸ ਨੂੰ ਚੈੱਕ ਕਰਕੇ ਰੱਖਿਆ ਕਿ ਸਾਰੀ ਚੀਜ਼ ਦੇਖੋ, ਅਤੇ ਇਹ ਤਾਂ ਇਹ ਸਿਆਸਤਦਾਨਾਂ ਦਾ ਵੀ ਕੰਮ ਹੈਗਾ, ਜਿਹੜੇ ਇਹ ਵਿਰੋਧੀ ਪਾਰਟੀ ਦੇ ਵਿੱਚ ਹੈਗੇ ਆ ਕਿ ਉਹ ਵੀ ਆਪਣਾ ਰੋਧ ਖੋਭ ਜਮਾ ਕੇ ਰੱਖਣ, ਪਰ ਜੇ ਨਹੀਂ ਰੱਖਦੇ ਤਾਂ ਜ਼ਿੱਦ ਕਰ ਦਿੰਦੇ, ਫਿਰ ਇਹ ਤਾਂ ਬੜੀ ਬੁਰੀ ਗੱਲ, ਸ਼ਾਇਦ ਮੈਨੂੰ ਵਾਪਸ ਲਿਆਉਣਾ ਪਵੇ, ਹੋਰ ਕੀ ਹੈ। ਧੰਨਵਾਦ ਜੀ।